ਐਸਵਾਈ ਵਾਲਾ ਗਾਣਾ ਸੁਣ ਲਿਆ ਤੁਸੀਂ? ਉਹ ਤਾਂ ਚਲੋ ਠੀਕ ਆ, ਸੁਣਨਾ ਉਹ ਤਾਂ ਸੁਣ ਲਿਆ। ਠੀਕ ਲੱਗਦਾ ਆ ਕਿ ਹਾਲਾਂਕਿ ਜਿਵੇਂ ਤੁਹਾਡੀ ਸਰਕਾਰ ਦੇ MP ਵੱਲੋਂ ਬਿਆਨ ਆਉਂਦਾ ਹੈ ਕਿ ਹਰਿਆਣਾ 'ਚ ਸਰਕਾਰ ਬਣ ਗਈ 24 'ਚ ਤਾਂ ਹਰ ਵੱਟ ਤੱਕ ਪਾਣੀ ਪਹੁੰਚੇਗਾ, SYL ਦਾ ਮੁੱਦਾ ਦੁਬਾਰਾ ਉੱਠਿਆ ਤੁਹਾਡੀ ਸਰਕਾਰ ਦੇ ਲਈ ਜਾਂ ਤੁਹਾਡੀ ਪਾਰਟੀ ਲਈ, ਤੁਹਾਨੂੰ ਨਹੀਂ ਲੱਗਦਾ ਵੀ ਦੋ ਸੂਬਿਆਂ 'ਚ ਕਲੈਸ਼ ਪੈਦਾ ਹੋਵੇ? ਗਾਣਾ ਠੀਕ ਹੈ, ਸੋ ਉਹ ਗਾਣਾ ਹੈ, ਮੁੱਦਾ ਨਹੀਂ ਗਾ, ਠੀਕ ਹੈ, ਭਾਵਨਾਵਾਂ ਸਾਰਿਆਂ ਦੀਆਂ, ਸੋ ਵਧੀਆ ਲਿਖਿਆ, ਅੱਛਾ ਗਾਣਾ, ਮੈਂ ਸੁਣਦਾ ਹੀ ਹਾਂ ਸਿੱਧੂ ਮੂਸੇ ਵਾਲੇ। ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਲੇਠਾ ਬਜਟ ਸੈਸ਼ਨ ਹੈ ਤੇ ਇਸ ਲਈ ਚੁਣੌਤੀਆਂ ਵੱਡੀਆਂ ਨੇ ਕਿ ਪੰਜਾਬ ਦੇ ਲੋਕਾਂ ਦੇ ਲਈ ਬਹੁਤ ਸਾਰੇ ਤੋਹਫੇ ਹੋਣੇ ਚਾਹੀਦੇ ਆ। ਮੇਰੇ ਨਾਲ ਅਮੋਲਕ ਸਿੰਘ ਨੇ, ਵਿਧਾਇਕ ਨੇ। ਅਮੋਲਕ ਜੀ, ਬੜੇ ਉਮੀਦਾਂ ਨੇ ਪੰਜਾਬ ਸਰਕਾਰ ਤੋਂ ਆਮ ਲੋਕਾਂ ਨੂੰ, ਤੇ ਆਮ ਲੋਕਾਂ ਦੇ ਸੁਝਾਅ ਤੇ ਬਜਟ ਬਣਨਾ ਸੀ, ਇਹ ਗੱਲ ਸੀ, ਕੀ ਨਿਕਲ ਸਕਦਾ ਬਜਟ 'ਚ, ਕੀ ਹੋ ਸਕਦਾ ਲੋਕਾਂ ਲਈ? ਵੇਖੋ, ਪੰਜਾਬ ਦੇ ਇਤਿਹਾਸ 'ਚ, ਦੁਨੀਆਂ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਇਹ ਵੀ ਲੋਕਾਂ ਨੂੰ ਪੁੱਛ ਕੇ ਬਜਟ ਬਣਾਇਆ ਗਿਆ ਹੋਵੇ। ਮੈਨੂੰ ਨਹੀਂ ਲੱਗਦਾ ਅੱਜ ਤੋਂ ਪਹਿਲਾਂ ਕਿਸੇ ਸਰਕਾਰ ਨੇ ਐਂ ਕੀਤਾ ਹੋਊਗਾ। ਲੋਕਾਂ ਨੇ ਆਪਦੇ ਫੋਨ ਕਾਲ ਰਾਹੀਂ, ਮੈਸੇਜਸ ਰਾਹੀਂ ਦੱਸਿਆ ਵੀ ਆਹ ਚੀਜ਼ਾਂ ਦੀ ਲੋੜ ਆ, ਉਹਦੇ 'ਤੇ ਬਜਟ ਬਣਾਇਆ ਗਿਆ। ਸੋ ਪਹਿਲਾਂ ਵੀ ਪਾਰਟੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਾਡੀ ਸਰਕਾਰ ਆ, ਉਹ ਲੋਕਾਂ ਨੂੰ ਪੁੱਛ ਕੇ ਹੀ ਹਰ ਗੱਲ ਕਰਦੀ ਹੈ। ਸੋ ਐਤਕੀ ਜਿਹੜਾ ਬਜਟ ਆ ਉਹ ਵੀ ਲੋਕਾਂ ਦੀ ਸਲਾਹ ਨਾਲ ਹੀ ਲਿਆ ਗਿਆ, ਅਤੇ ਜਿਹੜੇ ਲੋਕਾਂ ਦੇ ਕੰਮ ਹੋਣਗੇ ਉਹਨਾਂ 'ਤੇ ਕੰਮ ਕੀਤਾ ਜਾਊਗਾ। ਜੇਕਰ ਵਿੱਤੀ ਹਾਲਾਤ ਦੇਖੀਏ ਤਾਂ ਸੰਕਟ ਦੇ ਵਿੱਚ ਨੇ, ਹਾਲਾਂਕਿ ਸੰਕਟ ਦੇ ਬੱਦਲ ਨੇ, ਤੁਹਾਨੂੰ ਲੱਗਦਾ ਵੀ ਲੋਕਾਂ ਦੇ ਅੰਦਰ ਉਹ ਚੀਜ਼, ਉਹ ਸੋਝੀ ਸੀਗੀ, ਉਹ ਸੁਝਾਅ ਦੇਣ ਦੇ ਸੀਗੇ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਵਿੱਤੀ ਸੰਕਟ 'ਚੋਂ ਵੀ ਕੱਢਿਆ ਜਾਵੇ, ਤੇ ਲੋਕਾਂ ਨੇ ਜਿਹੜੇ ਵਾਅਦੇ ਤੁਸੀਂ ਕੀਤੇ ਆ ਉਹ ਵਾਅਦੇ ਵੀ ਪੂਰੇ ਕੀਤੇ ਜਾਣਗੇ? ਵਾਅਦੇ ਵੀ ਪੂਰੇ ਕੀਤੇ ਜਾਣਗੇ, ਵਿੱਤੀ ਸੰਕਟ ਤੋਂ ਵੀ ਕੱਢਿਆ ਜਾਊਗਾ, ਕਿਉਂਕਿ ਅੱਜ ਤੋਂ ਪਹਿਲਾਂ ਸਰਕਾਰਾਂ ਨੇ ਕੋਸ਼ਿਸ਼ ਹੀ ਨਹੀਂ ਕੀਤੀ, ਉਹਨਾਂ ਨੇ ਆਪਦਾ ਘਰ ਭਰਨਾ ਸੀਗਾ ਬਸ। ਹੁਣ ਅਸੀਂ ਵੇਖਿਆ, ਚਲੋ ਇੱਕ ਛੋਟੀ ਜਿਹੀ ਐਗਜ਼ਾਮਪਲ ਲੈ ਲਈਏ, ਜਿਵੇਂ ਪੰਚਾਇਤੀ ਜ਼ਮੀਨਾਂ, ਇੱਕ ਪਿੰਡ ਕੋਲ 50-50, 60-60 ਕਿੱਲੇ, 70-70 ਕਿੱਲੇ, ਉਹ ਸਾਰੇ ਨੱਪੇ ਹੋਏ ਸੀ ਧਨਾੜ ਲੋਕਾਂ ਨੇ, ਜਾਂ ਕਿਸੇ ਨੂੰ ਗਾਂ ਕਿੱਲਾ ਕਿੱਲਾ ਦਿੱਤਾ ਹੋਇਆ ਸੀ। ਸੋ ਜਿਹੜੀ ਆਮਦਨ ਉਹ ਸਰਕਾਰ ਨੂੰ ਹੀ ਆਊਗੀ। ਸੋ ਇਹੋ ਜਿਹੀਆਂ ਬਹੁਤ ਚੋਰ ਮੋਰੀਆਂ ਜਿੱਥੋਂ ਬੰਦ ਕਰਕੇ ਸਰਕਾਰ ਦਾ ਫਾਇਦਾ ਹੋਊਗਾ, ਜਿਹੜੇ ਗਰੰਟੀਆਂ ਉਹ ਵੀ ਪੂਰੀਆਂ ਕਰਾਂਗੇ, ਤੇ ਜਿਹੜੇ ਵਿੱਤੀ ਸੰਕਟ ਉਹ ਵੀ ਦੂਰ ਹੋਊਗਾ। ਜ਼ਮੀਨਾਂ ਤੁਸੀਂ ਗੱਲ ਕਰ ਰਹੇ ਹੋ ਤਾਂ ਨਾਲ ਇਹ ਵੀ ਸਵਾਲ ਉੱਠ ਗਿਆ ਕਿ ਛੋਟੇ ਛੋਟੇ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਤਾਂ ਵਾਪਸ ਕਰਾ ਲਈਆਂ ਉਹਨਾਂ ਤੋਂ ਕਰਾ ਲਈਆਂ, ਵੱਡੇ ਧਨਾੜ ਲੋਕ ਬੈਠੇ ਨੇ, ਉਹ ਕਰਾ ਕੇ ਦਿਖਾਓ, ਕੁਛ ਫਾਰਮ ਹਾਊਸਾਂ ਦਾ ਜ਼ਿਕਰ ਵੀ ਹੋ ਰਿਹਾ। ਬਿਲਕੁਲ, ਮੇਰੇ ਹਲਕੇ 'ਚ ਹੁਣ ਤੱਕ ਅਸੀਂ 42 ਕਿੱਲੇ ਚੜਾਏ ਆ, ਅਤੇ 42 ਦੇ 42 ਤਗੜੇ ਆਉਂਦੇ ਸੀਗੇ ਸਾਰਿਆਂ ਦੇ। ਇੱਕ ਫੈਕਟਰੀ ਦੀ ਵੀ ਜਗ੍ਹਾ ਸੀਗੀ, ਉਹ ਵੀ ਅਸੀਂ ਚੜਾਈ ਆ, ਜਿਹੜੀ ਉਹਨਾਂ ਨੇ ਨੱਪੀ ਹੋਈ ਸੀਗੀ। ਸੋ ਮੈਨੂੰ ਨਹੀਂ ਲੱਗਦਾ ਸੀ ਇਸ ਚੀਜ਼ 'ਤੇ ਕਿਸੇ ਨਾਲ ਕੰਪਰੋਮਾਈਜ਼ ਕਰਦੇ ਹਾਂ ਵੀ ਧਨਾੜ ਆ ਜਾਂ ਕੌਣ ਆ। ਸੋ ਨਾ ਹੀ, ਚਾਹੇ ਕਿਸੇ ਦਾ ਕਿੱਲਾ ਹੋਵੇ, ਚਾਹੇ ਕਿਸੇ ਦੇ 100, ਕਿਸੇ ਦੇ 500 ਹੋਵੇ, ਭਾਵੇਂ ਉਹ ਧਨਾੜ ਹੋਵੇ, ਭਾਵੇਂ ਕੋਈ ਵੀ ਹੋਵੇ, ਜਿਹੜੀ ਪੰਚਾਇਤੀ ਸਰਕਾਰ ਦੀ ਜ਼ਮੀਨ ਆ, ਮੰਨ ਲਓ ਮੇਰੀ ਜ਼ਮੀਨ ਆ, ਮੈਂ ਕਿਸੇ ਨੂੰ ਨਹੀਂ ਦੇ ਸਕਦਾ, ਤਾਂ ਸਰਕਾਰ ਕਿਉਂ ਦੇਊਗੀ? ਸੋ ਕਿਸੇ ਨੂੰ ਨਹੀਂ ਛੱਡਿਆ ਜਾਊਗਾ। ਲੱਗਦਾ ਵੀ ਲੋਕਾਂ ਨੇ ਜਿਸ ਤਰੀਕੇ ਦੇ ਨਾਲ 80% ਤੋਂ ਵੱਧ ਵੋਟਾਂ ਪਾਈਆਂ ਸੀਗੀਆਂ ਵਿਧਾਨ ਸਭਾ ਚੋਣਾਂ ਦੌਰਾਨ, ਲੱਗਦਾ ਨਹੀਂ ਵੀ ਲੋਕਾਂ ਦਾ ਮੋਹ ਟੁੱਟ ਗਿਆ? ਹਾਲਾਂਕਿ ਵਿਰੋਧੀ ਵੀ ਕਹਿੰਦੇ ਨਜ਼ਰ ਆਏ 45% ਸਿਰਫ ਪੋਲਿੰਗ ਹੋਈ ਹੈ ਜਿਮਨੀ ਚੋਣ 'ਚ। ਵੇਖੋ, ਜਿਮਨੀ ਚੋਣ 'ਚ ਪੋਲਿੰਗ ਹਮੇਸ਼ਾ ਤੋਂ ਹੀ ਇੰਨੀ ਕੀ ਹੁੰਦੀ ਹੈ, ਕਦੇ ਇਹ ਨਹੀਂ ਹੋਇਆ ਕਿ ਜੇ ਵਿਧਾਨ ਸਭਾ ਇਲੈਕਸ਼ਨ ਹੋਵੇ ਫਿਰ ਤਾਂ ਭਾਵੇਂ ਵੱਧ ਚੜ੍ਹ ਕੇ, ਜੇ MP ਇਲੈਕਸ਼ਨ ਹੋਵੇ। ਸੋ ਮੈਂ ਜਿਮਨੀ ਚੋਣਾਂ 'ਚ ਇੰਨੀ ਕੀ ਵੋਟਿੰਗ ਹੁੰਦੀ ਹੈ ਅੱਗੇ ਵੀ, ਮੂੰਹ ਭੰਗ ਹੋਣ ਦੀ ਗੱਲ ਰਿਜ਼ਲਟ ਤੋਂ ਬਾਅਦ ਪਤਾ ਲੱਗ ਜੂਗਾ ਵੀ ਸਰਕਾਰ ਨਾਲ ਮੂੰਹ ਭੰਗ ਹੈਗਾ। ਜੇ ਵੋਟ ਨਹੀਂ ਪਈ ਜਿਸ ਹਿਸਾਬ ਤੇ ਉਤਸ਼ਾਹ ਸੀ ਪਹਿਲਾਂ ਲੋਕਾਂ ਦੇ ਵਿੱਚ, ਤਾਂ ਜ਼ਰੂਰ ਫਰਕ ਪਿਆ, ਹਾਲਾਂਕਿ ਪਾਰਟੀ ਨੂੰ ਨੁਕਸਾਨ ਹੋਇਆ ਹੋਊਗਾ। ਨਹੀਂ, ਉਤਸ਼ਾਹ ਨਹੀਂ ਗਾ। ਵੇਖੋ, ਇੱਕ ਤਾਂ ਸੀਜ਼ਨ ਆ, ਕੰਮ ਦਾ ਸੀਜ਼ਨ ਆ, ਲੋਕੀ ਝੋਨੇ ਦੇ ਵਿੱਚ ਬਿਜ਼ੀ ਆ, ਸੋ ਆਪਦੇ ਆਪਦੇ ਕੰਮ ਦਾ ਸੀਜ਼ਨ ਹੈ, ਅੱਧੇ ਮਤਲਬ ਬੱਚਿਆਂ ਨੂੰ ਛੁੱਟੀਆਂ ਹੋਈਆਂ, ਕੋਈ ਬਾਹਰ ਗਿਆ ਕਿਤੇ ਨਾ ਕਿਤੇ ਆਪਦੇ ਕੰਮ 'ਚ, ਜੂਨ ਦਾ ਮਹੀਨਾ ਚੱਲਦਾ, ਸੋ ਇਸ ਕਰਕੇ ਵੋਟਿੰਗ ਘੱਟ ਹੋਈ ਹੈ, ਹੋਰ ਕੋਈ ਕਾਰਨ ਨਹੀਂ ਉਹਦਾ। ਗੀਤ ਸੁਣ ਲਿਆ? ਬਿਲਕੁਲ। ਕੀ ਕਹਿਣਾ ਉਹ ਗੀਤ ਬਾਰੇ, ਤੁਹਾਡੇ MP ਦੇ ਬਿਆਨ ਤੋਂ ਸ਼ੁਰੂਆਤ ਹੋਈ ਹੈ? ਗਾਣਾ ਠੀਕ ਹੈ, ਸੋ ਉਹ ਗਾਣਾ ਹੈ, ਮੁੱਦਾ ਨਹੀਂ ਗਾ, ਠੀਕ ਹੈ, ਭਾਵਨਾਵਾਂ ਸਾਰਿਆਂ ਦੀਆਂ, ਸੋ ਵਧੀਆ ਲਿਖਿਆ, ਅੱਛਾ ਗਾਣਾ, ਮੈਂ ਸੁਣਦਾ ਹੀ ਹਾਂ ਸਿੱਧੂ ਮੂਸੇ ਵਾਲੇ ਨੂੰ, ਕੋਈ ਸ਼ੱਕ ਵਾਲੀ ਗੱਲ ਨਹੀਂ। ਗੁਰਮੀਤ ਖੁੱਡੀਆਂ ਨੇ, ਖੁੱਡੀਆਂ ਸਾਹਿਬ, ਬਜਟ ਤੋਂ ਬੜੀਆਂ ਉਮੀਦਾਂ ਨੇ, ਹਾਲਾਂਕਿ ਆਮ ਲੋਕਾਂ ਦੇ ਸੁਝਾਅ ਤੋਂ ਕਹਿੰਦੇ ਆਧਾਰ ਤੇ ਬਜਟ ਬਣਾਉਣਾ ਆ, ਕੀ ਮੰਨੀਏ ਲੋਕਾਂ ਨੂੰ ਕੀ ਮਿਲੂਗਾ ਬਜਟ 'ਚ? ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਪਾਰਟੀ ਨੇ, ਵਿੱਤ ਮੰਤਰੀ ਸਾਹਿਬ ਨੇ, ਮੁੱਖ ਮੰਤਰੀ ਸਾਹਿਬ ਹੋਰਾਂ ਨੇ, ਇਹ ਬਜਟ ਦਾ ਪੰਜਾਬ ਦੇ ਲਈ ਚੰਗਾ ਹੀ ਹੋਊਗਾ, ਪੰਜਾਬ ਲਈ ਚੰਗਾ ਹੋਊਗਾ। ਹਾਲਾਂਕਿ ਜਿਹੜੇ ਤੁਹਾਡੇ ਵਾਅਦੇ ਕੀਤੇ ਗਏ ਸੀ, ਉਹ 1000 ਰੁਪਇਆ ਖਾਸ ਤੌਰ ਤੇ ਬੀਬੀਆਂ ਨੂੰ ਦੇਣਾ ਆ, ਉਹਨੂੰ ਲੈ ਕੇ ਵਿਰੋਧ ਜ਼ਰੂਰ ਹੋਇਆ ਸੀ ਜ਼ਰੂਰ ਜਿਮਨੀ ਚੋਂ 'ਚ, ਬੀਬੀਆਂ ਨੇ ਕਿਹਾ ਕਿ ਵਾਅਦਾ ਲਾਰਾ ਬਣ ਗਿਆ, ਉਹ ਲੱਗਦਾ ਉਹਦੇ ਲਈ ਥਾਂ ਹੋਊਗੀ? ਥੋੜ੍ਹਾ ਸਮਾਂ ਲੱਗ ਜਾਂਦਾ ਹਰ ਇੱਕ ਕੰਮ ਨੂੰ ਕਰਨ ਵਾਸਤੇ, ਕਿਉਂਕਿ ਸਰਕਾਰ ਨਵੀਂ ਨਵੀਂ ਬਣਾਈ ਹੈ, ਅਤੇ ਪਹਿਲਾਂ ਬਹੁਤ ਇਹਦੇ ਵਿੱਚ ਮੋਗਰੇ ਹੈ ਜਿਹੜੇ ਭਰਨ ਵਾਲੇ ਹੈ, ਤੋ ਜ਼ਰੂਰ ਉਹ ਵੀ ਵਾਅਦੇ ਪੂਰੇ ਕਰੇ ਜਾਣਗੇ, ਪਰ ਥੋੜ੍ਹਾ ਸਮਾਂ ਲੱਗ ਸਕਦਾ। ਜਿਹੜਾ ਸਮਾਂ ਤੁਸੀਂ ਹਜੇ ਮੰਗ ਰਹੇ ਹੋ, 3 ਮਹੀਨੇ ਤੁਹਾਨੂੰ ਹੋ ਗਏ ਨੇ, 3 ਮਹੀਨੇ 'ਚ ਅਮਨ ਕਾਨੂੰਨ ਵਿਵਸਥਾ ਨੂੰ ਲੈ ਕੇ ਬੜੇ ਸਵਾਲ ਉੱਠ ਗਏ, ਗੈਂਗਸਟਰਸ ਜਿਸ ਤਰੀਕੇ ਨਾਲ ਜਾਂ ਘਟਨਾਵਾਂ ਜੋ ਵਾਪਰੀਆਂ, ਉਹ ਆਮ ਆਦਮੀ ਪਾਰਟੀ ਘਿਰਦੀ ਪੂਰੀ ਨਜ਼ਰ ਆਈ ਹੈ 3 ਮਹੀਨੇ। ਉਹ 3 ਮਹੀਨਿਆਂ 'ਚ ਨਹੀਂ ਸਾਰਾ ਕੁਛ ਹੋਇਆ,
बड़े लंबे समय तो तुम सारे ही जानते हो जिहड़े पंजाब दे हालात हौली हौली बिगड़ते गए आ, तो कुछ ना कुछ घटनावां हो जांदियां उसनू फिर ज्यादा नाम रौला, हुण सारे लोग राम रौला पाउण ते हो गए विरोधी, इन्हां दे हुंदिया भी यही कुछ हुंदा रहा। भावनावां ने सिद्धू साहब दियां हरियाणा बन गई 24 च हर वट तक पानी पहुंचेगा। एस वाई एल का मुद्दा दोबारा उठा तो सरकार दे लई जां तुहाडी पार्टी लई तुहानू नहीं लगता भी दो सूबे च कलैश पैदा हो? नहीं, वैसे कई बार बयान अपने तौर ते देव ने सारा कुछ उन्होंने वाचा नहीं हो सकता कई बार बोलने लगे बंदा इस तरह बोल जाता है। मैं मानता भी पार्टी लई भी मुसीबत बन जाती है कई गल्लां, पर सारा असी एक पार्टी लई काम करते हैं वक्खो वक्खरे स्टेटां दे, तो स्टेटां दी जिहड़ी वो अपनी है लोड़ है उस मुताबिक। आखिरी सवाल है, क्या जा रहा है कि बजट सैशन तो बाद कैबिनेट च विस्तार हो सकता है? खुड़िया साहब नूं कोई भरोसा मिल रहा है किसी पासे? विस्तार जिवें क्योंकि होना ही है, वह 18 मंत्री चाहिए ने, तो वह पार्टी की अपनी मर्जी है उसनों किनू। सरदार भगवंत सिंह मान होर ने सरकार चलानी है, टीम चलानी है, जो भी बनणगे पहला भी साढ़े भैन भरा ने उन्हों तो भी बहुत उम्मीदा, तो जो होर बनणगे उन्होंने भी सानू तो इसलिए पार्टी लई लोगों लई काम करना। सो पार्टी ने लोगों लई काम करना है तो उम्मीदा बहुत ने पंजाब के लोगों, आम आदमी पार्टी तो उम्मीदा बहुत ने, आम आदमी पार्टी के विधायक कहते हुए नजर आ रहे हैं, खास तौर पर बजट तो उम्मीदा ने। नाल दी नाल बजट दे विचों की निकलदा उस दे नाल एस वाई एल दा जो मुद्दा दोबारा भग गया एक गीत नाल सिद्धू मूसेवाला दे गीत नाल, तां हुण देखणा इह है कि सैशन दे विच हालांकि 3 बजे तक मुलतवी कीता गया, आने वाले दिनों च सैशन दे विचों की निकल के सामने आएगा, किदां दी सियासत होवेगी सैशन दौरान, किदां दे मुद्दे चके जाणगे, किदां दे मुद्दियां नाल लोकां नूं हल कीता जाएगा। तो खास तौर पर 27 तरीक नूं जदों बजट पेश किया जाना है तो पिछलियां सरकारां दे बजट नालों किन्ना क वक्खरा होगा। मैं सुरखाव अपने सहयोगी बिंतेश दे नाल रोजाना स्पोक्समैन चंडीगढ़।